ਕੁਝ ਹੱਸ ਕੁਝ ਹੱਸ ਸਾਲ ਤੋਂ ਪਾਤਰ ਸਾਹਿਬ ਪੱਤਰ 'ਚ ਮੈਨੂੰ ਮਿਲੇ। ਮੈਂ ਅਮਰਜੀਤ ਗਰੇਵਾਲ ਅਤੇ ਪਾਤਰ ਹਰ ਸ਼ਾਮ ਬੈਠਾ, ਪਤਾ ਨਹੀਂ ਕਿੰਨੀਆਂ ਕਵਿਤਾਵਾਂ ਉਹਨਾਂ ਨੂੰ ਸੋਚਦੇ ਦੇਖਿਆ, ਉਹਨਾਂ ਨੂੰ ਸਾਂਝੀਆਂ ਕਰਦੇ ਸਾਡੇ ਨਾਲ ਦੇਖਿਆ ਅਤੇ ਫਿਰ ਕਾਲਜਾਂ ਤੋਂ ਉਤਾਰਦੇ ਦੇਖਿਆ। ਹਮੇਸ਼ਾ ਕਹਿੰਦੇ ਸੀ ਅਸ਼ਵਨੀ ਰਬਾਬ ਪੈਦਾ ਕਰ, ਪੰਜਾਬ 'ਚੋਂ ਰਬਾਬ ਗੁੰਮ ਹੋ ਗਈ, ਪੰਜਾਬ 'ਚ ਰਬਾਬ ਨਹੀਂ ਰਬਾਬ ਚਲੀ ਗਈ ਹੈ। ਅੱਜ ਹਰ ਕੀਰਤਨ ਦੇ ਵਿੱਚ ਰਬਾਬ ਵੱਜ ਰਹੀ ਸੀ, ਪਰ ਜਿਸਮਾਨੀ ਤੌਰ 'ਤੇ ਮੇਰਾ ਕੋਈ ਪਾਤਰ ਨਹੀਂ ਸੀ ਸਾਡੇ ਕੋਲ। ਪਾਤਰ ਸਾਹਿਬ ਨੇ ਜਦੋਂ ਲਿਖਣੀਆਂ ਕਵਿਤਾਵਾਂ ਲਿਖੀਆਂ, ਕਵਿਤਾ ਲਿਖੀ ਸੁਪਨਿਆਂ ਵਿੱਚ ਰੋਣ ਸੌ ਸਰੰਗੀਆਂ, ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀ ਨਹੀਂ, ਮੌਤਾਂ ਚੰਗੀਆਂ ਨਹੀਂ ਹੁੰਦੀਆਂ। ਦੋਸਤਾਂ ਲਈ, ਯਾਰਾਂ ਲਈ, ਸਕੇ ਸੰਬੰਧੀਆਂ ਲਈ, ਮਾਵਾਂ ਲਈ, ਪੁੱਤਰਾਂ ਲਈ ਮੌਤਾਂ ਚੰਗੀਆਂ ਨਹੀਂ ਹੁੰਦੀਆਂ। ਪਾਤਰ ਸਾਹਿਬ ਨੇ 1977 'ਚ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਨੈਸ਼ਨਲ ਸਕੂਲ ਆਫ ਡਰਾਮਾ 'ਚ ਜਾ, ਤੂੰ ਨਾਟਕ ਬਹੁਤ ਵਧੀਆ ਕਰਦਾ, ਆਪਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ। 1980 'ਚ ਮੈਂ ਵਾਪਸ ਆਇਆ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਦਾ ਪਹਿਲਾ ਡਾਇਰੈਕਟਰ ਪ੍ਰੋਗਰਾਮ 'ਚ ਮੈਨੂੰ ਲਗਾਇਆ ਗਿਆ। ਬਾਬਾ ਫਰੀਦ ਫੈਸਟੀਵਲ, ਹੋਰ ਅਨੇਕਾਂ ਫੈਸਟੀਵਲਸ ਪਾਤਰ ਸਾਹਿਬ ਅਤੇ ਮੈਂ ਅਸੀਂ ਸਾਰਿਆਂ ਨੇ ਇਕੱਠੇ ਕੀਤੇ। ਉਸ ਲਈ ਇੱਕ ਯਾਦਗਾਰ ਬਣਨੀ ਚਾਹੀਦੀ ਹੈ। ਸਾਡਾ ਪੰਜਾਬ ਦਾ ਆਰਟ ਤਾਂ ਹੈ, ਕਲਚਰ ਤਾਂ ਹੈ, ਸੱਭਿਆਚਾਰ ਹੈ, ਸਾਡੇ ਕੋਲ ਐਡਾ ਵੱਡਾ ਵਿਰਸਾ ਹੈ, ਸਾਡੇ ਕੋਲ ਹਾਸ਼ਿਮ ਹੈ, ਵਾਰਿਸ ਸ਼ਾਹ ਹੈ, ਬੁੱਲੇ ਸ਼ਾਹ ਹੈ, ਸ਼ਾਹ ਹੁਸੈਨ ਹੈ, ਸਾਡੇ ਕੋਲ ਪਾਤਰ ਵੀ ਹੈ। ਅਤੇ ਜੇ ਅਸੀਂ ਉਸ ਯਾਦਗਾਰ ਨੂੰ ਆਰਟ ਐਂਡ ਕਲਚਰ ਦੇ ਇੰਸਟੀਟਿਊਟ ਦੇ ਵਿੱਚ ਨਾ ਤਬਦੀਲ ਕੀਤਾ ਤਾਂ ਮੇਰੀ ਬੇਨਤੀ ਹੈ, ਮੇਰੇ ਇੱਥੇ ਦੋ ਪੁੱਤਰ ਬੈਠੇ ਹੈ, ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਮੇਰਾ ਦਮਾਦ ਹੈ, ਦੂਸਰਾ ਮੇਰਾ ਪੁੱਤਰ ਆਸ਼ੀਸ਼ ਭੁਟਾਨੀ ਦਿੱਲੀ ਤੋਂ, ਭੁਟਾਨੀ ਗਰੁੱਪ ਦਾ ਮਾਲਕ। ਅਸੀਂ ਸਾਰਿਆਂ ਨੇ ਫੈਮਿਲੀ ਦੇ ਵਿੱਚ ਇਹ ਪ੍ਰਣ ਲਿਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਖਾਸ ਤੌਰ 'ਤੇ CM ਸਾਹਿਬ ਭਗਵੰਤ ਮਾਨ ਜੀ ਦੇ ਸਹਿਯੋਗ ਨਾਲ, ਜਿਹੜੇ ਕਿ ਖੁਦ ਕਲਾਕਾਰ, ਅਸੀਂ ਇੰਸਟੀਟਿਊਟ ਬਣਾਉਣਾ ਚਾਹਵਾਂਗੇ। ਜਿਸ ਤਰ੍ਹਾਂ ਬੰਬੇ ਦੇ ਵਿੱਚ ਨੀਤਾ ਅੰਬਾਨੀ ਕਲਚਰਲ ਸੈਂਟਰ ਬਣਿਆ, ਜਿਸ ਤਰ੍ਹਾਂ ਹੈਬੀਟੈਟ ਸੈਂਟਰ ਦਿੱਲੀ 'ਚ ਬਣਿਆ, ਜਿੱਦਾਂ ਭਾਰਤ ਭਵਨ ਭੋਪਾਲ 'ਚ ਬਣਿਆ, ਅਤੇ CM ਸਾਹਿਬ ਤੁਹਾਡੇ ਹੁੰਦੇ ਹੁੰਦੇ ਸਾਨੂੰ ਇਹ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਪਾਤਰ ਸਾਹਿਬ ਦੇ ਸੈਂਟਰ ਵਾਸਤੇ, ਅਤੇ ਭੁਟਾਨੀ ਗਰੁੱਪ ਵੱਲੋਂ ਅਹਿੰਸਾ ਕਰੋੜ ਰੁਪਈਆ ਅਤੇ ਵੱਧ ਵੀ ਤੁਹਾਡੇ ਸਾਰਿਆਂ ਤੋਂ ਸਹਿਯੋਗ ਲੈ ਕੇ
ਅਸੀਂ ਉਹ ਪੰਜਾਬ ਵਿੱਚ ਇੱਕ ਬਹੁਤ ਵੱਡਾ ਕਲਚਰਲ ਸੈਂਟਰ ਬਣਾਉਣਾ ਚਾਹੁੰਦੇ ਹਾਂ, ਇੱਕ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹਾਂ ਜਿਹੜੀ ਡੈਡੀਕੇਟਡ ਹੋਵੇ ਆਰਟ ਅਤੇ ਕਲਚਰ ਨੂੰ। ਬਸ ਇੰਨਾ ਹੀ ਕਹਿੰਦਾ ਹੋਇਆ ਮੈਂ ਸ਼ਬਦ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।